ਭਾਅ ਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਪੈਲੀਆਂ ਦਾ ਭਾਰੀ ਨੁਕਸਾਨ ਹੋਇਆ ਅਤੇ ਹੋਰ ਫਸਲ ਸਾਰੀ ਖਤਮ ਹੋ ਗਈ ਅਤੇ ਜ਼ਿਆਦਾਤਰ ਤਾਂ ਪੈਲੀਆਂ ਦਾ ਨੁਕਸਾਨ, ਕਿਤੇ ਕਈਆਂ ਥਾਵਾਂ 'ਤੇ ਰੇਤਾ ਬਹੁਤ ਜ਼ਿਆਦਾ ਭਰ ਗਈ ਆ, ਕਿਤੇ ਟੋਏ ਵੱਜ ਗਏ ਆ। ਹੁਣ ਹਾਲੇ ਤੱਕ ਫਸਲ ਨਹੀਂ ਕੋਈ ਬੀਜ ਹੋਈ, ਹੁਣ ਮੱਕੀ ਬੀਜਣ ਲੱਗੇ ਹਾਂ। ਅਤੇ ਖਾਲਸਾ ਸਾਈਡ ਵੱਲੋਂ ਕੀ ਮਦਦ ਹੋਈ ਹੈ ਤੁਹਾਡੀ? ਖਾਲਸਾ ਸਾਈਡ ਵੱਲੋਂ ਭਾਅ ਜੀ ਹੁਣ ਪੈਲੀਆਂ ਪੱਧਰੀਆਂ ਕਰ ਰਹੇ ਆ ਅਤੇ ਨਾਲ ਬੀਜ ਵੀ ਦੇ ਰਹੇ ਆ, ਮੱਕੀ ਬੀਜਾ ਰਹੇ ਆ, ਪਹਿਲਾਂ ਕਣਕ ਬਿਜਾਈ ਆ। ਠੀਕ ਹੈ ਜੀ। ਆਪਣੇ ਕਿੰਨੇ ਕਿੱਲੇ ਬੀਜ ਬਿਜਾਈ ਯੋਗ ਹੁਣ ਬਣੇ ਆ ਜਿਹੜੇ? ਹੁਣ ਆਪਣੇ ਮੱਕੀ ਦੇ 6 ਕਿੱਲੇ ਆ ਜੀ, ਬਾਕੀ ਪੈਲੀ ਕਰਾਉਣ ਰਹੇ ਆ। ਆਪਣੇ 2 ਏਕੜਾ ਉਹ ਵੀ ਐਡ ਵਾਲੇ ਨੇ ਇੱਥੇ ਸਾਡੇ ਨਾਲ ਕਰਾਇਆ, ਕੋਈ ਫਰਾਇਆ ਪੱਧਰੀ ਉਹਨੇ ਕਰਾਈ ਆ, ਹੁਣ ਵੀ ਐਡ ਵਾਲੇ ਕਰਾ ਰਹੇ ਜੋ ਕਰਾ ਰਹੇ ਆ, ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਹਾਂ। ਆਪਣਾ ਹੁਣ ਇਸ ਵੇਲੇ ਕੀ ਪ੍ਰੋਸੈਸ ਚੱਲ ਰਿਹਾ ਜੀ? ਬੀਜ ਤਾਂ ਜੀ ਮਾਰ ਰਹੇ, ਸਭ ਕੁਛ ਐਡ ਵਾਲੇ ਕਰ ਰਹੇ, ਜੋ ਕੁਛ ਬੀਜ ਵੀ ਉਹਨਾਂ ਦਾ, ਟਰੈਕਟਰ ਵੀ ਉਹਨਾਂ ਦਾ, ਸਭ ਕੁਛ ਹੀ ਉਹਨਾਂ ਦਾ ਹੀ ਆ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਬਾਂਹ ਫੜੀ ਆ, ਹੋਰ ਨਾ ਸਰਕਾਰ ਨੇ ਫੜੀ ਆ ਕਿਸੇ ਨੇ, ਨਾ ਕਿਸੇ ਹੋਰ ਵੱਡੇ ਲੀਡਰ ਹੀ ਕੋਈ ਆਇਆ ਵਾ, ਐਡ ਵਾਲੇ ਆਏ, ਐਡ ਵਾਲਿਆਂ ਨੇ ਸਾਡੀ ਬਾਂਹ ਫੜੀ ਆ, ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।